أعوذ بالله من الشيطان الرجيم. بسم الله الرحمن الرحيم. برفعنا لك ذكرك صدق الله العظيم. سبحان الله. السلام عليكم. میں انشاءاللہ دو دو اشعار پڑھتا جاؤں گا اور دو فرمائشیں بھی ہیں ان کے بھی دو دو اشعار پڑھوں گا. حاضرین عمل ہوگی انشاءاللہ. درود پاک پڑھیے گا. یہ ایک بہت مشہور زمانہ کلام کی سماعت کی نظر ہے. اللہ پاک اپنے محبوب نو بنا رہے نے. اللہ پاک اپنے محبوب نو بنا رہے تھے. پوچھ پوچھ کے بنا رہے تھے. کیوں بنا رہے ہیں تھوڑے سامنے قابل غور سے بات فرمائیے گا. اللہ پاک اپنے محبوب نے بنا رہے تو کی کہہ رہے صاحب قابل غور ہے. تیریوں میں زلفا بڑھاوا تیری درد پوچھے یا حسین. تیریوں میں زلفا بڑھاوا تیری درد پوچھے یا حسین. تیریوں میں زلفا بڑھاوا تیریوں میں زلفا بڑھاوا تیری درد پوچھے یا حسین. اللہ پاک اکل گئے اپنے محبوب نو کی قابل غور سماعت فرمائے گا. اے بھی گل کہنے لگا رب کونے دا منظر دسے پہ کعبہ حسین دا. ابرو بنا رہے نے اللہ پاک اپنے محبوب دے ابرو بنا رہے نے تے کیویں بنا رہے نے کی سوچ رہے نے کہ اے وی گل کہن لگا رب کونے دا منظر دسے پہ کعبہ ابرو بن گئے اور بیٹے بن گئے. اکھاں دی واری آ گئی. قبلہ شاہ صاحب تہاڈی سماعت نظر شعر کیا خوب شعر ہے کہ کوئی ہووے لکھ دا کوئی ہووے ککھ دا بن جاوے جھلا بس تیری سونی اکھ دا. کوئی ہووے لکھ دا کوئی ہووے ککھ دا بن جاوے جھلا
ਸੋਹਣੀਆਂ ਨੂੰ ਵੇਖਾ ਉੱਥੋਂ ਭਲੇ ਕਦੇ ਚਿਰਮਨ ਉੱਥੋਂ ਭਲੇ ਕਦੇ ਚਿਰਮਨ ਤੇ ਵੀ ਰੱਬ ਪੁੱਛੇ ਹੁਸੀ ਕਿਵੇਂ ਤੇਰੀਆਂ ਮੈਂ ਜ਼ੁਲਫਾਂ ਬਣਾਵਾਂ ਤੇ ਵੀ ਰੱਬ ਪੁੱਛੇ ਹੁਸੀ ਅਰੇ ਜਿਹੜਾ ਮੈਂ ਸ਼ੇਰ ਪੜਨ ਲੱਗਿਆ ਕਬਲ ਗੌਰ ਸਮਾਤ ਫਰਮਾਈਗਾ ਅੱਲਾਹ ਪਾਕ ਆਪਣੇ ਮਹਿਬੂਬ ਨੂੰ ਬਣਾ ਰਹੇ ਨੇ ਤੇ ਇਹ ਕੀ ਕਹਿ ਰਹੇ ਨੇ ਕਬਲ ਗੌਰ ਸਮਾਤ ਫਰਮਾਈਗਾ ਆ ਤੇਰੇ ਇਸ ਸੋਹਣੇ ਸੋਹਣੇ ਨੂਰ ਨਗੀਨੇ ਜੇ ਤੂੰ ਕਵੇ ਤੇਰੇ ਇਸ ਨਸ਼ੇਰਾ ਦੇ ਸੀਨੇ ਤੇ ਅੱਜ ਤੇ ਹਜ਼ੂਰ ਨੂੰ ਬਣਾ ਰਹੇ ਨੇ ਤੇ ਗੱਲਾਂ ਕੀ ਹੋ ਰਹੀਆਂ ਨੇ ਸ਼ਾਹ ਸਾਹਿਬ ਕਾਫੀ ਗੌਰ ਹੈ ਹਾਂ ਤੇਰੇ ਇਸ ਸੋਹਣੇ ਸੋਹਣੇ ਨੂਰ ਨਗੀਨੇ ਤੇ ਜੇ ਤੂੰ ਕਵੇ ਤੇਰੇ ਇਸ ਨਸ਼ੇਰਾ ਦੇ ਸੀਨੇ ਤੇ ਦੋਵੇਂ ਹਸਨ ਹੁਸੈਨ ਲਿਟਾਵਾ ਦੋਵੇਂ ਹਸਨ ਹੁਸੈਨ ਲਿਟਾਵਾ ਕੇ ਵੀ ਰੱਬ ਪੁੱਛੇ ਹੁਸੀ ਕਿਵੇਂ ਤੇਰੀਆਂ ਮੈਂ ਜ਼ੁਲਫਾਂ ਬਣਾਵਾਂ ਕੇ ਵੀ ਰੱਬ ਪੁੱਛੇ ਹੁਸੀ ਮੈਂ ਕਦੋਂ ਮੇਚਣਾ ਨਕਸ਼ਾ ਬਣ ਕੇ ਤੇਰਾ ਤੈਨੂੰ ਬਸ ਵੇਖਣੇ ਪਿਆਰ ਵਾਲਾ ਫਾਸਲਾ ਕਬਲ ਗੌਰ ਹੈ ਪਿਆਰ ਵਾਲਾ ਫਾਸਲਾ ਮੈਂ ਕਦੋਂ ਮੇਚਣ ਨਕਸ਼ਾ ਬਣ ਕੇ ਤੈਨੂੰ ਬਸ ਵੇਖਣੇ ਪਿਆਰ ਵਾਲਾ ਫਾਸਲਾ ਮੈਂ ਕਦੋਂ ਮੇਚਣ ਨਕਸ਼ਾ ਬਣ ਕੇ ਤੈਨੂੰ ਬਸ ਵੇਖਣੇ ਦੱਸ ਕਿੰਨਾ ਚਿਰ ਕੋਲ ਬੈਠਾਵਾ ਦੱਸ ਕਿੰਨਾ ਚਿਰ ਕੋਲ ਬੈਠਾਵਾ ਪੁੱਛੇ ਕਿਵੇਂ ਤੇਰੀਆਂ ਮੈਂ ਜ਼ੁਲਫਾਂ ਬਣਾਵਾ ਦੇਵੀ ਰੱਬ ਪੁੱਛੇ ਹੁਸੀ ਨਿਗਾਵਾਂ ਹਰ ਹਰ ਅੰਗ ਉੱਤੇ ਕੀਤੀਆਂ ਸਲਾਮਾਂ ਨੇ ਹਾਕਿਮ ਗਲੇ ਕੀਤੀ ਰਲ ਕੇ ਨਿਗਾਵਾਂ ਹਰ ਹਰ ਅੰਗ ਉੱਤੇ ਕੀਤੀਆਂ ਸਲਾਮਾਂ ਨੇ ਦੱਸ ਕਿਵੇਂ ਤੇਰੇ ਨਾਜ਼ ਉਠਾਵਾਂ ਦੱਸ ਕਿਵੇਂ ਤੇਰੇ ਨਾਜ਼ ਉਠਾਵਾਂ ਤੇ ਵੀ ਰੱਬ ਪੁੱਛੇ ਹੁਸੀ ਕਿਵੇਂ ਤੇਰੀਆਂ ਮੈਂ ਜ਼ੁਲਫਾਂ ਬਣਾਵਾਂ ਤੇ ਵੀ ਰੱਬ ਪੁੱਛੇ ਹੁਸੀ ਪੁੱਛੇ ਆਈਏ।